हेलो गाइस, वेलकम बैक टू माय यूट्यूब चैनल जिदा ना तुसी सारे जानते हो रमदीप व्लॉग्स। सो व्लॉग दी मैं करती है स्टार्टिंग। आज दे व्लॉग दे विच मैं ते प्रभु दी गड्डी क्रेटा बुक करन जानी सीगी, ता क्रेटा बुक करदे करदे आपा दा प्लान, साडा दोनों दा प्लान चेंज हो गया। वेन्यू च आपा बुकिंग देती सी क्रेटा दी, होई भी क्रेटा दी हैगी आ, बट फिर प्रभप्रीत कहिंदा कि आपां नूं उसी रेट दे विच फुल टॉप वेन्यू मिल जानी है ते नाल उहदे घरे वी लग जानी है, ਤਾਂ ਆਪਾਂ ਡਿਸਾਈਡ ਕਰਦਾ। ਬਟ ਅਜਾ ਬੁਕਿੰਗ ਸਾਡੇ ਕੋਲ ਪਈ ਜੋ ਹੈਗੀ ਹੈ ਉਹ ਅਜਾ ਉਸਦੀ ਪਈ ਹੈ, ਕੀ ਕਹਿੰਦੇ ਆ, ਕਰੇਟਾ EX ਦੀ। ਐਂਡ ਬਟ ਆਪਾਂ ਪਲੈਨ ਆਪਣਾ ਚੇਂਜ ਕਰਤਾ ਸੀ ਉੱਥੇ ਹੀ, ਉਹਨਾਂ ਨੇ ਕਿਹਾ ਤੁਸੀਂ ਬੁਕਿੰਗ ਦੇ ਕੇ ਚਾਹੇ ਬਾਅਦ ਹੀ ਤੁਸੀਂ ਬੁਕਿੰਗ ਚੇਂਜ ਹੋ ਜਾਂਦੀ, ਕੋਈ ਚੱਕਰ ਨਹੀਂ। ਬਟ ਆਪਾਂ ਫਿਰ ਇੱਦਾਂ ਦਾ ਕੀਤਾ ਅਤੇ ਹੁਣ ਤੁਸੀਂ ਇਹ ਵਲੋਗ ਬਹੁਤ ਵਧੀਆ, ਆਪਾਂ ਗਏ ਸੀਗੇ ਹੋਰ ਵੀ ਦੋ ਤਿੰਨ ਜਗ੍ਹਾ ਅਤੇ ਵਲੋਗ ਉੱਧਰ ਦਾ ਸ਼ੂਟ ਨਹੀਂ ਕੀਤਾ। ਬਟ ਹਿਊਂਡਾਈ ਕਰੇਟਾ ਵੇਖੀ ਆਪਾਂ ਅਤੇ ਵੈਨਿਊ ਵੀ ਵੇਖੀ, ਉਸ ਤੋਂ ਬਾਅਦ ਘਰੇ ਆ ਕੇ ਆਪਣਾ ਰਿਵਿਊ ਵੀ ਲਿੱਤੇ ਸਾਰਿਆਂ ਕੋਲੋਂ, ਅਤੇ ਐਟ ਦੀ ਐਂਡ ਵੈਨਿਊ ਪ੍ਰਭ ਨੇ ਲਿੱਤੀ ਹੈ ਅਤੇ ਪ੍ਰਭ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਆਪਣੀ ਬੁਕਿੰਗ ਦੀ। ਸੋ ਵਲੋਗ ਨੂੰ ਦੇਖਿਓ ਅਤੇ ਬਹੁਤ ਵਧੀਆ ਵਲੋਗ ਅੱਜ ਦਾ ਵੀ ਗਾਇਸ। ਸੋ ਗਾਇਸ ਆਪਾਂ ਜਾ ਰਹੇ ਹਾਂ ਪ੍ਰਭ ਦੀ, ਜੋ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਕੋਈ ਗੱਡੀ ਬੁੱਕ ਕਰਨੀ ਹੈਗੀ ਹੈ ਅਤੇ ਅੱਜ ਆਪਾਂ ਗੱਡੀ ਵੀ ਬੁੱਕ ਕਰਾਂਗੇ। ਅਤੇ ਪ੍ਰਭ ਦੇਖੋ ਕਿੰਨਾ ਖੁਸ਼ ਹੈ, ਪਿੱਛੇ ਇੰਨਾ ਖੁਸ਼ ਹੈ ਜੀ, ਇਹ ਦੇਖੋ ਕਿੰਨੀ ਖੁਸ਼ੀ ਹੈ। ਅੱਜ ਆਪਾਂ ਇਹ ਆਪਣੀ ਸਕੂਟੀ ਜਾ ਰਹੇ ਹਾਂ ਅਤੇ ਪ੍ਰਭ ਬਹੁਤ ਹੀ ਜ਼ਿਆਦਾ ਖੁਸ਼ ਹੈ ਅੱਜ, ਅਗਰ ਸਕੂਟੀ ਜਾ ਰਹੇ ਹਾਂ, ਗੱਡੀ ਬੁੱਕ ਕਰਨਾ ਅੱਜ ਸਕੂਟੀ ਜਾ ਰਹੇ ਹਾਂ ਅਸੀਂ, ਕਿਹਾ ਵੀ ਵਿਲ ਪਲੈਨ ਸਮਥਿੰਗ ਡਿਫਰੈਂਟ ਫੋਰ ਦਿਸ ਸਪੈਸ਼ਲ ਡੇ। ਆਵਾਜ਼ ਅਗਰ ਘੱਟ ਆ ਰਹੀ ਹੋਏ ਤੇ ਗੁਸਤਾਖੀ ਮਾਫ, ਆਪਾਂ ਕਰੇਟਾ ਲੈਣੀ ਹੈ ਜਾਂ ਕੁਝ ਹੋਰ ਬੀਬੀ ਸਿੰਘਾਂ ਨੂੰ ਕਰੇਟਾ ਹੀ ਚੰਗੀ ਲਿਖਦੀ ਹੈ, ਇਹਨੂੰ ਬੋਲ ਬੈਠਾ ਮੈਂ 20 ਵਾਰ। ਸੋ ਗਾਈਜ਼ ਆਪਾਂ ਹੁਣ ਗੱਡੀ ਚਲਾ ਰਹੇ ਹਾਂ ਤੇ ਅੱਗੇ ਜਾ ਕੇ ਫਿਰ ਸ਼ੋਰੂਮ ਦੇ ਵਿੱਚ ਆਊਟਲੈਟ ਦੇ ਵਿੱਚ ਤੁਹਾਨੂੰ ਲੱਭਦੇ ਮਿਲਦੇ ਆ। ਆਉਣ ਦੀ ਵੇ ਆ, ਬਸ ਪੁੱਜਣ ਵਾਲੇ ਆ, ਟ੍ਰੈਫਿਕ ਲਾਈਟ ਤੇ ਖੜੇ ਤੇ ਅੱਗੇ ਜਾ ਕੇ ਫਿਰ ਹੁਣ ਪੁੱਜਣ ਹੀ ਵਾਲੇ ਆ ਜਸਟ। ਗਾਈਜ਼ ਪੀਪੀ ਲੈਣ ਆ ਗਿਆ ਆਪਣੀ ਕਰੇਟਾ, ਚੱਲ ਬੁੱਕ ਤੇ ਕਰਾਣੀ ਆ ਨਾ, ਗੱਲ ਤੇ ਕੋਈ ਹੈ ਪੀਪੀ ਵਾਲੀ ਲੈਗਾ, ਇਹ ਵਾਲੀ ਪੀਪੀ ਵਾਲੀ EX ਪੀਪੀ ਆ EX। ਗਾਈਜ਼ ਇਹ ਕਰੇਟਾ ਪ੍ਰਭ ਨੇ ਲੈਣੀ ਹੈ, ਦੇਖਣਾ ਪਹਿਲਾਂ ਨਾ। ਗਾਈਜ਼ ਅਗੇਨ ਸੇਮ ਲਿਫਟ ਦੇ ਵਿੱਚ ਆਪਾਂ ਆ ਗਏ ਆ, ਬੰਦੇ ਨੂੰ ਲਿਆਣਾ ਹੈ, ਛਾਪਾ ਲਾ ਤਾ ਤੇ ਇਹ ਦੇਖੋ ਪ੍ਰਭ ਪ੍ਰਭ ਕਨਫਿਊਜ਼ ਬੜਾ, ਇਸ ਦੀ ਕਨਫਿਊਜ਼ਨ ਦੂਰ ਕਰਨ ਲਈ ਮੈਂ ਅੱਜ ਇਹਨੂੰ ਬੋਲੇ ਅੱਜ ਹੀ ਬੁੱਕ ਕਰਾ ਤੂੰ, ਨਹੀਂ ਤਾਂ ਤੂੰ ਕਨਫਿਊਜ਼ ਬੜਾ ਹੈ ਬੰਦਾ ਵੈਸੇ। ਤੇ ਗਾਈਜ਼ ਇਹ ਦੇਖੋ, ਸੇ ਹਾਏ ਹਾਏ ਕਰ, ਪਹਿਲੇ ਹਾਏ ਕਰ, ਪਹਿਲੇ ਹੈਲੋ ਕਰ, ਚੱਲ ਗਾਈਜ਼ ਇਹ ਦੇਖੋ ਪ੍ਰਭ ਦੀ ਆਪਾਂ ਬੁਕਿੰਗ ਕਰ ਰਹੇ ਹਾਂ ਨਾ, ਇਹ ਦੇਖੋ ਭਈਆ ਬੁੱਕ ਕਰ ਰਹੇ ਹਾਂ, ਨਾਮ ਯਾਰ ਪ੍ਰਭਪ੍ਰੀਤ PRAB ਪ੍ਰਭਪ੍ਰੀਤ ਸਿੰਘ, ਕਾਂਗਰੈਚੁਲੇਸ਼ਨਸ, ਨਵੀਂ ਤੋਂ ਨਵੀਂ ਪਾਰਟੀਆਂ ਸਾਡੇ ਲਈ ਅਰੇਂਜ ਹੋ ਰਹੀਆਂ ਨੇ ਤੇ ਵਾਓ ਗਾਈਜ਼। ਗਾਈਜ਼ ਆਪਾਂ ਤਾਂ ਭਈਆ ਮੈਨੂੰ ਕਾਫੀ ਪਿਲਾਓਗੇ ਨਹੀਂ ਹੁਣ, ਕਾਫੀ ਤਾਂ ਪੀਣੀ ਆ, ਕਾਫੀ ਥੋੜੀ ਹੈਟਿਕ, ਥੋੜਾ ਹੈਟਿਕ ਹੋਇਆ ਅੱਜ, ਇਹਨੇ ਮੈਨੂੰ ਬੜਾ ਘੁਮਾਇਆ ਜੀ। ਮੋਬਾਈਲ ਨੰਬਰ ਗਾਈਜ਼ ਇਹ ਦੇਖੋ ਪ੍ਰੂਫ, AM ਹਿਊਂਡਾਈ ਕਰੇਟਾ ਬਲੈਕ EX ਪ੍ਰਭਪ੍ਰੀਤ ਸਿੰਘ ਸਨ ਆਫ ਦਨੰਤਰ ਸਿੰਘ। ਦੇਖੋ ਪ੍ਰਭ ਨੇ ਆਪਾਂ ਅੱਜ ਬੁੱਕ ਕਰਾ ਦਿੱਤੀ, 20,000 ਰੁਪਏ ਦੇ ਗਏ। ਗਾਈਜ਼ ਵਾਓ, ਦੇਖੋ ਗਾਈਜ਼ ਬੀਬੀ ਕਿੰਨਾ ਖੁਸ਼ ਹੈ, ਪਹਿਲਾਂ ਮੈਨੂੰ ਦੱਸ ਸਕਦੀ ਕਿੰਨਾ ਖੁਸ਼ ਹੈ, ਜਾਣ ਤੇ ਕੋਈ ਖੁਸ਼ ਨਹੀਂ, ਨਹੀਂ ਪੈਸੇ ਜਾਣ ਤੇ ਨਹੀਂ, ਤੇਰੀ ਸੇਵਿੰਗ ਹੈ, ਕਿੰਨਾ ਖੁਸ਼ ਹੈ, ਸੇਵਿੰਗ ਨਹੀਂ ਹੈ, ਪਹਿਲਾਂ ਦੱਸ ਕਿੰਨਾ ਖੁਸ਼, ਪਹਿਲਾਂ ਦੱਸ ਕਿੰਨਾ ਖੁਸ਼, ਉਹਨੂੰ ਬਈਆ ਨੂੰ ਕਹਿੰਦੇ ਨਾ ਤੂੰ, ਜਿਹੜੇ ਆਏਗੀ ਉਸ ਲਈ ਖੁਸ਼ ਹੋ, ਪਹਿਲੇ ਉਹਨੂੰ ਦੱਸ ਕਿੰਨਾ ਖੁਸ਼ ਹੈ, ਅੱਜ ਨਹੀਂ, ਮੈਨੂੰ ਕਿਉਂ ਲੱਗ ਰਿਹਾ ਮੈਂ ਤੇਰੇ ਕੋਲ ਜ਼ਿਆਦਾ ਖੁਸ਼ ਤੇ ਮੈਂ। ਇਹ ਦੇਖੋ ਆਫੀਸ਼ਲੀ ਪ੍ਰਭ, ਜੇ ਤੂੰ ਗੱਡੀ ਆਏਗੀ ਤੂੰ ਪਾਰਟੀ ਲਾਵਾਂਗਾ ਤੇਰੇ ਕੋਲ ਹੁਣ ਮੈਂ। ਬਈਆ ਥੈਂਕ ਯੂ ਸੋ ਮਚ ਆਪਕਾ ਵੀ। ਪ੍ਰਭ ਠੀਕ ਹੈ, ਇਹ ਵੀ ਦੱਸਣਾ ਕੀ ਹੈ ਡਰੇਨ, ਮੈਂ ਵੀ ਉਹ ਦੇਖਣਾ। ਜਦੋਂ ਚੀਜ਼ ਹੁੰਦੀ ਹੈ ਨਾ ਉਦੋਂ ਬੜਾ ਦੁੱਖ ਹੁੰਦਾ। 2000 ਬੜਨ ਦੇਖ, 2000 ਦੀ ਅੱਜਕੱਲ ਸਕੂਟੀ ਬੁੱਕ ਨਹੀਂ ਹੁੰਦੀ, ਨਹੀਂ ਸਕੂਟੀ ਤੇ ਆ ਜਾਂਦੀ ਹੋਣੀ, ਨਹੀਂ ਹੁੰਦੀ, 5 ਦੀ ਹੋਣੀ, ਨਹੀਂ ਹੁੰਦੀ, ਨਹੀਂ ਹੁੰਦੀ। ਦੇਖੋ ਗਾਈਸ ਇਹ ਟਨ 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 ਹੋ ਗਿਆ, ਕਾਂਗਰੈਚੁਲੇਸ਼ਨ ਹੋ ਗਏ ਭਈਆ। ਗਾਈਜ਼ ਇੰਜੋਇੰਗ, ਮੈਂ ਤਾਂ ਇੰਜੋਏ ਕਰ ਰਿਹਾ, ਪ੍ਰਭ ਟੈਨਸ਼ਨ ਨਹੀਂ ਲੈਂਦਾ ਲੁੰਦਾ ਨਿੱਕੇ ਮੋਟੇ ਪੈਸਿਆਂ ਦੀ, ਪ੍ਰਭ ਪਰ ਤੈਨੂੰ ਉਹ ਨਹੀਂ ਕਰਨਾ ਪੈਣਾ ਨਾ, EMI ਸਟਾਰਟ ਕਰਵਾਉਣੀ ਪੈਣੀ ਹੈ ਨਾ, ਜੋ ਕਿ ਕੱਲ੍ਹ ਨੂੰ, ਅੱਜ ਨਹੀਂ ਕਰਾਈ, ਦਸੰਬਰ ਨਵੰਬਰ ਦਸੰਬਰ ਹੀ ਕਰਾ ਦੇਈਂ, ਕੱਲ੍ਹ ਨੂੰ ਤੂੰ ਉਹ ਕਰ ਪਾਏ, ਫਿਰ ਅਪਲਾਈ ਕਰ ਪਾਏ ਨਾ ਗੱਡੀ, ਪੈਸੇ ਤਾਂ ਇਹਨਾਂ ਨੂੰ ਪੂਰੇ ਦੇਣੇ ਨਾ। ਹਾਂ ਸਮਝ ਗਿਆ ਗਾਈਜ਼, ਖੁਸ਼ੀ ਬਹੁਤ ਹੈ,
ਪਰਸਨਲੀ ਬੜੀ ਖੁਸ਼ੀ ਹੁੰਦੀ ਜਦੋਂ ਕੋਈ ਆਪਣਾ ਯਾਰ ਵੇਲੀ ਗੱਡੀ ਲੈਂਦਾ ਅਤੇ ਇਹਦੇ ਭਰਾ ਵਰਗਾ ਚਲੋ ਇਹਨੇ ਲਿੱਤੀ ਗੱਡੀ ਖੁਸ਼ ਮੈਂ ਹੋਇਆ ਇਸ ਕੋਲ ਜ਼ਿਆਦਾ ਖੁਸ਼ ਮੈਂ ਹਾਂ ਵੈਸੇ ਐਕਚੁਅਲੀ 'ਚ ਮਜ਼ਾਕ ਨਹੀਂ ਕਰਿਆ ਮੈਂ ਸੈਕਿੰਡ ਹੈਂਡ ਲੈਣੀ ਕਰੇਟਾ ਇਹ ਰਹੇਗਾ ਫਿਰ ਅਗਰ ਤੂੰ ਸੈਕਿੰਡ ਹੈਂਡ ਲਿੱਤੀ ਨਾ ਤੂੰ ਵਾਪਸ ਲਿਆਏਂਗਾ ਕਿ ਮੈਂ ਗੱਲ ਨਹੀਂ ਕਰਦਾ ਇਹ ਕਿਹੜੀ ਗੱਲ ਕੈਂਸਲ ਠੀਕ ਹੈ ਅੱਗੇ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਕਿ ਪ੍ਰਭ ਥੋੜ੍ਹਾ ਕਨਫਿਊਜ਼ ਹੋ ਗਿਆ ਸੀਗਾ ਕਿ ਸੈਲਟੋਸ ਅਤੇ ਉਹਦੇ ਵਿੱਚ ਅਤੇ ਮੈਂ ਕਿਹਾ ਨਹੀਂ ਭਾਅ ਜੀ ਆਹ ਬੰਦਾ ਬਦਲਣ ਵਾਲਾ ਬੰਦਾ ਹੈ ਇਸ ਕਰਕੇ ਆਪਾਂ ਕਰਾਂਗੇ ਇਹਦੀ ਕਰੇਟਾ ਬੁੱਕ ਅੱਜ ਦੇ ਅੱਜ ਹੀ ਜੋ ਅਸੀਂ ਆਪਾਂ ਕਰ ਲਿੱਤੀ ਹੈ ਪੈਸੇ ਦੇ ਦੇਣ ਬਸ ਹੁਣ ਜਾਣਾ ਅਤੇ ਜਨਵਰੀ ਦੇ ਮੰਥ 'ਚ ਆਪਾਂ ਬਲੈਕ ਈ ਐਕਸ ਕਰੇਟਾ ਕਢਵਾ ਦੇਣੀ ਹੈ ਪ੍ਰਭ ਦੀ ਤਾਂ ਫਿਰ ਬਾਅਦ ਵਿੱਚ ਪੰਜਾਬ ਵੀ ਜਾਵਾਂਗੇ ਮੋਡੀਫਾਈ ਕਰਨ ਤੁਸੀਂ ਸਾਰਾ ਦੇਖੋਗੇ ਤੁਸੀਂ ਵੈਸੇ ਵੀ ਮੈਨੂੰ ਬਣੇ ਰਿਹਾ ਕਰੋ ਸੋ ਪ੍ਰਭ ਇਜ਼ ਐਕਚੁਅਲੀ ਸਾਈਨ ਕਰ ਰਿਹਾ ਡਾਕੂਮੈਂਟੇਸ਼ਨ ਜੋ ਵੀ ਹੋ ਰਹੀ ਹੈ ਇਹਦੀ ਬੁਕਿੰਗ ਦੀ ਸਾਈਨ ਵਗੈਰਾ ਕਰ ਰਿਹਾ ਅਤੇ ਖੁਸ਼ ਹੈ ਤਾਂ ਪੂਰੀ ਦੁਨੀਆ ਨੂੰ ਦੱਸਣਾ ਬਾਏ ਥਰੂ ਸਨੈਪਚੈਟ ਦੱਸ ਰਿਹਾ ਕਿ ਬਾਈ ਆਈ ਐਮ ਪਰਚੇਜ਼ਿੰਗ ਨਿਊ ਗ੍ਰੇਟ ਗ੍ਰੇਟ ਲਾਈਕ ਕਰੇਟਾ ਨੋਟ ਆ ਕਟਾਰਾ ਬਰੇਜ਼ਾ ਕਰੇਟਾ ਮੇਰੇ ਮੂੰਹ ਤੋਂ ਕਟਾਰਾ ਬਰੇਜ਼ਾ ਨਿਕਲੀ ਅਸੀਂ ਨਹੀਂ ਯਾਰ ਐਕਚੁਅਲੀ ਵਿਟਾਰਾ ਵੀ ਬਹੁਤ ਅੱਛੀ ਹੈ ਕਰੇਟਾ ਦੀ ਇੱਥੇ ਹੋਣਾ ਇਹਨਾਂ ਪੇ ਦੇਣਾ ਇਹਨਾਂ ਕੋਲ ਗੱਡੀ ਨਹੀਂ ਵਿਕਦੀ ਪੈਂਫਲੇਟ ਹੀ ਖਤਮ ਹੋ ਗਏ ਗਾਈਜ਼ ਪ੍ਰਭ ਵੀਰ ਕਰੇਟਾ ਪਸੰਦ ਕਰਦੇ ਕਰਦੇ ਹੁਣ ਥੋੜ੍ਹਾ ਮਾਇੰਡ ਆਪਣਾ ਹੋ ਗਿਆ ਕਿ ਐਕਚੁਅਲੀ ਕਰੇਟਾ ਜੋ ਆਪਾਂ ਮਾਡਲ ਲੈ ਰਹੇ ਹਾਂ ਉਹ ਹੈ ਸੈਕਿੰਡ ਟੋਪ ਮਾਡਲ ਜੋ ਹੁਣ ਵੈਨਿਊ ਦੀ ਆਉਣੀ ਹੈ ਉਹ ਸਾਡੀ ਆਉਣੀ ਹੈ ਆਪਣੀ ਟੋਪ ਮਾਡਲ ਉਸ ਤੋਂ ਵੀ ਘੱਟ ਰੇਟ ਦੇ ਬਟ ਦੇਖਦੇ ਹਾਂ ਇੱਕ ਵਾਰ ਟੈਸਟ ਡਰਾਈਵ ਲਵਾਂਗਾ ਮੈਂ ਟੈਸਟਿੰਗ ਕਰਾਂਗਾ ਆਪਣਾ ਵੀਡੀਓ ਬਣਾਏਗਾ ਅਤੇ ਆਪਾਂ ਦੇਖਦੇ ਹਾਂ ਗਾਈਜ਼ ਇਹ ਵੈਨਿਊ ਰਹੀ ਹੈ ਜੀ ਵੈਨਿਊ ਕਰ ਲਈ ਫਿਰ ਵੈਨਿਊ ਕਰ ਲਈਏ ਟੋਪ ਮਾਡਲ ਲੈ ਲੈਂਦੇ ਵੈਨਿਊ ਹੈ ਵੈਨਿਊ ਕਾ ਟੋਪ ਠੀਕ ਹੈ ਵੈਨਿਊ ਐਸਐਕਸ ਆਪਸ਼ਨਲ वो कौन सी है उसमें जो फुल टॉप होगी ना उसमें शेयर बैग्स होंगे और आपके इसमें कितने हैं और आपके ये सीट्स होंगे ऐसे अच्छा वो इलेक्ट्रॉनिक होगी वो कितने की है वाली 14-15 वही लेनी हमने वही टॉप फुल टॉप बोल रहे हैं हम वही ये वाली लास्ट वाली लास्ट वाली ना लास्ट वाली डीटी रैम दो ऐसे वही बोल रहा हूं लास्ट डीटी हो गया साथ में बैक ये डीटी मतलब उसका कोई फायदा नहीं है कौन सी वाली बताइए 14 नहीं बस सही है इसमें भी लो आप एसओटी डाल के 14-20 फिर गाइज आप करेटा एक्चुअली चेंज कर दिया अभी सोचा कि करेटा भी वधिया सी बट आप वैन्यू लैती वैन्यू इस करके लेती क्योंकि इसी सू फुल टॉप मॉडल इन्ने ही रेट मिल रहे हैं 14.5 तो भी घट लग रहा तो आप वैन्यू लेती है पर आपने डिसीजन चेंज करता है ਗੁੱਡ ਆਪਸ਼ਨ ਇਹਨੂੰ ਮੈਂ ਸਟਾਰਟਿੰਗ ਵੀ ਬੋਲਿਆ ਵੀ ਸੀਗਾ ਇਹਨੇ ਕੋਂਗਰੈਚੁਲੇਸ਼ਨ 20 ਵਾਰ ਕੋਂਗਰੈਚੁਲੇਸ਼ਨ ਦਿਲਵਾਉਣੀ ਪੈ ਗਈ ਮੈਨੂੰ ਤੇਰੇ ਕੋਲੋਂ ਗਾਈਜ਼ 20 ਵਾਰ ਹੋ ਗਿਆ ਇਹਦੀ ਕੋਂਗਰੈਚੁਲੇਸ਼ਨ ਮੈਂ ਵੀ ਥੱਕ ਗਿਆ ਹੁਣ ਇਹਨੂੰ ਕੋਂਗਰੈਚੁਲੇਟ ਕਰਕੇ ਪੀਪੀ ਹੁਣ ਗੱਡੀ ਚੇਂਜ ਕਰਾਈ ਨਾ ਅਤੇ ਦੇਖ ਲਈ ਫਿਰ ਨਹੀਂ ਨਹੀਂ ਫਾਈਨ ਫਾਈਨ ਅਤੇ ਆਪਾਂ ਵੈਨਿਊ ਬਲੈਕ ਬੁੱਕ ਕਰਵਾਈ ਹੈ ਬਟ ਫਿਰ ਵੀ ਤੁਸੀਂ ਗਾਈਜ਼ ਮੈਨੂੰ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਆਪਾਂ ਬੁਕਿੰਗ ਕਦੇ ਵੀ ਚੇਂਜ ਕਰ ਸਕਦੇ ਹਾਂ ਕਰੇਟਾ ਵੈਨਿਊ ਕੁਛ ਵੀ ਸੋ ਕਮੈਂਟ ਕਰਕੇ ਦੱਸੋ ਕਿਹੜੀ ਸਾਨੂੰ ਲੈਣੀ ਚਾਹੀਦੀ ਹੈ ਬਟ ਪ੍ਰਭ ਇਹਦੇ ਵਿੱਚ ਆ ਗਿਆ ਅੱਛੀ ਇੱਕ ਵੈਨਿਊ ਵੀ ਗੁੱਡ ਲੁਕਿੰਗ ਹੈ ਦੋਨੋਂ ਗੁੱਡ ਲੁਕਿੰਗ ਹਨ ਕੋਈ ਜ਼ਿਆਦਾ ਮੇਜਰ ਹੈ ਨਹੀਂ ਹੈ ਇਹ ਦੇਖੋ ਲੁੱਕ ਅੱਛੀ ਹੈ ਇਹਦੀ ਵੀ ਠੀਕ ਹੈ ਗਾਈਜ਼ ਹੁਣ ਆਪਾਂ ਜਾ ਰਹੇ ਹਾਂ ਘਰੇ ਸੋ ਮਿਲਦੇ ਹਾਂ ਫਿਰ ਅੱਗੇ ਹਾਂ ਗਾਈਜ਼ ਉਹ ਬਲੈਕ ਬਲੈਕ ਕਟ ਬਲੈਕ ਕਟ ਟੋਪ ਮਾਡਲ ਬਲੈਕ ਯਾਰ ਇਹ ਉਹਦੇ ਅਲੱਗ ਹੈ ਕਾਫੀ ਉਸ ਤੋਂ ਜਿਹੜੀ ਬਾਹਰ ਪੁਰਾਣਾ ਮਾਡਲ ਹੈ ਗਾਈਸ ਵੈਨ ਦੇਖਦੇ ਹਾਂ ਹੁਣ ਕੀ ਜਿਹੜੀ ਬੁੱਕ ਕਰਦਾ ਹੈ ਸੋ ਗਾਈਸ ਆਪਾਂ ਵੈਨਿਊ ਪਰ ਆਪਣੇ ਮਾਈਂਡ ਪੂਰਾ ਸੈੱਟ ਕਰਤਾ ਵੈਨਿਊ ਟੌਪ ਫੁੱਲ ਟੌਪ ਐਸ ਐਕਸ ਆਪਸ਼ਨਲ ਆਪਾਂ ਬੁੱਕ ਕਰਾਂਗੇ ਬੁੱਕ ਸੌਰੀ ਕਰ ਦਿੱਤੀ ਹੈ ਸੌਰੀ 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 ਲਏਗਾ ਜਨਵਰੀ 'ਚ ਵਿਦ ਸਨਰੂਫ ਆਂਟੀ ਵੈਨਿਊ ਅੱਛੀ ਲੱਗਦੀ ਨੇ ਪਹਿਲਾਂ ਸਾਨੂੰ ਦੱਸੋ ਸਾਡੇ ਅਸੀਂ ਦੋਨੋਂ ਭਰਾ ਕੈਸੇ ਕਿਸ ਤਰ੍ਹਾਂ ਸਾਡਾ ਰਿਲੇਸ਼ਨ ਹੈ ਇਹ ਦੱਸੋ ਅੱਜ ਅੱਜ ਤੁਹਾਨੂੰ ਦੱਸੋ ਮੇਰੇ ਸਾਹਮਣੇ ਆਓ ਨਾ ਮੈਂ ਤੁਹਾਨੂੰ ਨਹੀਂ ਆਓ ਸਾਹਮਣੇ ਆ ਗਏ ਲੋ ਆ ਗਿਆ ਇਹ ਲੋ ਇਹ ਕੀਤੀ ਨਾ ਗੱਲ ਮਾਂ ਵਾਲੀ ਫਿਰ ਮੈਂ ਆਪਣੇ ਝੋਟੇ ਕੋਲ ਆ ਗਿਆ ਇਹ ਪ੍ਰਪ੍ਰੀਤ ਜਿਮ ਜਾ ਰਿਹਾ ਆਹ ਦੇਖੋ ਅੱਜ ਝੋਟਾ ਮਨ ਮਨ ਫਿਰ ਬੋਲ ਅੱਜ ਬੋਲ ਫਿਰ ਗਾਈਜ਼ ਫਿਰ ਆਪਾਂ ਮੈਂ ਘਰੋਂ ਨਿਕਲ ਆਇਆ ਪ੍ਰਭ ਦੇ ਅਤੇ ਵੈਨਿਊ ਪਸੰਦ ਕਰ ਲਿੱਤੀ ਸੀਗੀ ਅਤੇ ਹੁਣ ਆ ਕੇ ਆਪਾਂ ਰਿਵਿਊ ਵਗੈਰਾ ਵੀ ਦੇਖੇ ਆ ਵਧੀਆ
ਹੁਣ ਆਪਾਂ ਵੈਨਿਊ ਲੈਣਗੇ ਠੀਕ ਹੈ ਗਾਇਜ਼ ਹੁਣ ਘਰ ਜਾ ਕੇ ਮਿਲਦਾ ਇਹ ਦੇਖੋ ਲੌਗਇਨ ਕਰ ਰਿਹਾ ਸੀਗਾ ਮੈਂ ਚਲੋ ਮੈਂ ਲੌਗਇਨ ਕਰ ਲਾਂ ਤਾਂ ਵਿੱਚ ਤਾਂ ਮੈਂ ਦੱਸਿਆ ਨਹੀਂ ਮੈਂ ਘਰ ਵੀ ਪੁੱਜ ਚੁੱਕਿਆ ਲੌਗਇਨ ਕਰ ਰਿਹਾ ਹੁਣ ਸੋ ਮੈਂ ਗਾਇਜ਼ ਲੌਗਇਨ ਕਰ ਰਿਹਾ ਲੌਗਇਨ ਕਰਨ ਦੇ ਬਾਅਦ ਆਪਾਂ ਫਿਰ ਬੈਠਣਾ ਕੰਮ ਕਾਜ ਕਰਨਾ ਉਸ ਤੋਂ ਬਾਅਦ ਦੇਖਦੇ ਹਾਂ ਫਿਰ ਕੀ ਬਣਦਾ ਵਲੌਗ ਦੀ ਐਂਡ ਵੀ ਕਰਨਾ ਹੈ ਦੇਖੋ ਘਰ ਤਾਂ ਮੈਂ ਪੁੱਛ ਚੁੱਕਿਆ ਮੰਮੀ ਨਾਲ ਬੈਠੇ ਲੇਟੇ ਆ ਅਤੇ ਪ੍ਰਭ ਦੇ ਘਰੋਂ ਆ ਗਏ ਸੀਗੇ ਪ੍ਰਭ ਦੇ ਘਰੋਂ ਕੰਮ ਸਾਰਾ ਹੋ ਗਿਆ ਉਹਦਾ ਵੈਨਿਊ ਵੈਨਿਊ ਜੋ ਵੀ ਆਪਾਂ ਬੁੱਕ ਕਰਨੀ ਸੀ ਕਰਕੇ ਆ ਗਿਆ ਐਕਚੁਲੀ ਆਪਾਂ ਕਰੇਟਾ ਬੁੱਕ ਕਰਾਈਏ ਵੈਨਿਊ ਨਹੀਂ ਕਰਾਈ ਬਟ ਲੈਣੀ ਆਪਾਂ ਵੈਨਿਊ ਫਾਈਨਲ ਹੋ ਗਿਆ ਫਾਈਨਲਾਈਜ਼ ਹੋ ਗਈ ਚੀਜ਼ ਹਰ ਕਿਉਂਕਿ ਵੈਨਿਊ ਵੀ ਉਸੀ ਰੇਟ ਦੇ ਵੀ ਫੁੱਲ ਟੌਪ ਮਾਡਲ ਲੱਭ ਰਿਹਾ ਅਤੇ ਉਹਦੇ ਘਰ ਵੀ ਲੱਗ ਜੂਗੀ ਤਾਂ ਵਧੀਆ ਤਾਂ ਆਪਾਂ ਕਰਾਏ ਹਾਂ ਅਤੇ ਹੁਣ ਮੈਂ ਕੰਮ 'ਤੇ ਫੋਕਸ ਕਰਨਾ ਫਿਰ ਆਪਾਂ ਨੂੰ ਆਪਾਂ ਮਿਲਦੇ ਹਾਂ ਬ੍ਰੇਕ ਦੇ ਵਿੱਚ ਸੋ ਗਾਈਜ਼ ਇੱਥੇ ਥੋੜ੍ਹੀ ਦੇਰ ਬਾਅਦ ਮੈਂ ਵਲੌਗ ਦਾ ਐਂਟਰੀ ਕਰ ਦੂੰਗਾ ਮੈਂ ਅਤੇ ਮੰਮੀ ਗਾਈਜ਼ ਬੈਠੇ ਹਾਂ ਆਪਾਂ ਇੰਜੋਏ ਕਰ ਰਹੇ ਹਾਂ ਜਸਲੀਨ ਐਕਚੁਲੀ ਗਈ ਹੈ ਮਾਮੀ ਜੀ ਸਾਡੀ ਬਿਮਾਰ ਸੀ ਅਤੇ ਉਹਨਾਂ ਦਾ ਕੰਮ ਥੋੜ੍ਹਾ ਸੰਭਾਲਣ ਗਏ ਅਤੇ ਮੈਂ ਅਤੇ ਮੰਮੀ ਆਪਾਂ ਬੈਠ ਕੇ ਗੱਪ ਸ਼ੱਪ ਲਾਉਣ ਡੇ ਸੀਗੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਥੋੜ੍ਹੀ ਬਹੁਤ ਗੱਪ ਲਾ ਲਈਏ ਮੰਮੀ ਹਾਂ ਮੰਮੀ ਮੰਮੀ ਮੇਰੇ ਵਿਆਹ ਦਾ ਕਿੰਨਾ ਚਾਹ ਦਿੰਦਾ ਸੱਚ ਦੱਸ ਹੈ ਥੋੜ੍ਹਾ ਬਹੁਤ ਹੈ ਕੋਈ ਇੱਕ ਅੱਧਾ ਪਰਸੈਂਟ ਦੇਖ ਲੈ ਮੇਰੇ ਪਿਓ ਨੂੰ ਕਿੰਨਾ ਸੁਪਨੇ 'ਚ ਵੀ ਕੀ ਬੋਲਦਾ ਕਿਉਂ ਨਹੀਂ ਹੈ ਦੇਖ ਲੈ ਸਾਰੇ ਕੋਈ ਇਸ਼ੂ ਨੀ ਬਟ ਗਾਈਸ ਬਟ ਬਾਪੂ ਜੀ ਭਾਵੇਂ ਗਏ ਨੇ ਬਾਪੂ ਜੀ ਤੇ ਦਾਦਾ ਜੀ ਆਪਣੇ ਨਾਲ ਹੀ ਹਨ ਕੋਈ ਚੱਕਰ ਨੀ ਟੈਨਸ਼ਨ ਵਾਲੀ ਕੋਈ ਗੱਲ ਨੀ ਸਾਡੇ ਸੰਸਾਰੀ ਜੀਵਨ ਤੋਂ ਚਲੇ ਗਏ ਨੇ ਪਰ ਚਲੋ ਵਧੀਆ ਆਪਾਂ ਕਰਨਾ ਤੇ ਹੈਗਾ ਹੀ ਹੁਣ ਕੁਛ ਨਾ ਕੁਛ ਸਾਰਾ ਪਰਿਵਾਰ ਐਕਚੁਲੀ ਯਾਰ ਘਰ ਦਾ ਸਾਰਾ ਪਰਿਵਾਰ ਹੀ ਜੇ ਨਾਲ ਹੋਏ ਫਿਰ ਬੰਦੇ ਨੂੰ ਇੰਨੀ ਟੈਨਸ਼ਨ ਜੀ ਨਹੀਂ ਰਹਿੰਦੀ ਹੈਗੀ ਹੈ ਚਾਚੇ ਵੀ ਹੈਗੇ ਨੇ ਅਜਾ ਚਾਚੀਆਂ ਵੀ ਨੇ ਭੂਆ ਵੀ ਨੇ ਸਾਰੇ ਨੇ ਕੋਈ ਚੱਕਰ ਨਹੀਂ ਇਸ਼ੂ ਕੋਈ ਗੱਲ ਨਹੀਂ ਮਾਵਾਂ ਮਾਵੀਆਂ ਵੀ ਹੈਗੀਆਂ ਨੇ ਮਾਵੀਆਂ ਨਹੀਂ ਸੋਰੀ ਗਾਈਸ ਮਾਵੀ ਮੇਰੀ ਇੱਕ ਦੀ ਵੀ ਡੈਥ ਹੋ ਗਈ ਸੀਗੀ ਮੇਰੇ ਮੰਮੀ ਉਹੀ ਆਪਾਂ ਡਿਸਕਸ ਕਰ ਰਹੇ ਸੀਗੇ ਅਗਰ ਸਾਡੀ ਨਿੱਕੀ ਮਾਵੀ ਵੀ ਹੁੰਦੀ ਥੋੜ੍ਹਾ ਹੋਰ ਮਜ਼ਾ ਆਉਂਦਾ ਮਤਲਬ ਕਿ ਇੰਜੋਏਬਲ ਰਹਿੰਦੀ ਚੀਜ਼ਾਂ ਬਟ ਕੀ ਕਰੀਏ ਜਿੱਦਾਂ ਰੱਬ ਨੇ ਲਿਖਿਆ ਉੱਦਾਂ ਹੀ ਹੋਣਾ ਅਤੇ ਵਲੌਗ ਦੀ ਆਪਾਂ ਇੱਥੇ ਹੀ ਕਰਦੇ ਐਂਡ ਗਾਈਜ਼ ਅੱਜ ਅਤੇ ਪਿਛਲੇ ਵਲੌਗ ਦੀ ਤਰ੍ਹਾਂ ਇਸ ਵਲੌਗ ਨੂੰ ਵੀ ਪਿਆਰ ਦਿਓ ਤੁਹਾਨੂੰ ਹੋਰ ਵਧੀਆ ਵਧੀਆ ਹੁਣ ਆਪਾਂ ਵਲੌਗ ਲੈਣਾ ਇਸ ਵਾਰ ਸ਼ਨੀਵਾਰ ਜਾਂ ਸੰਡੇ ਆਈ ਗੈਸ ਆਪਾਂ ਫਿਰ ਮਿਲਣਾ ਮੈਂ ਪ੍ਰਭ ਅਤੇ ਪ੍ਰਭ ਜੋਤ ਐਕਚੁਲੀ ਪਲੈਨ ਆਲਰੇਡੀ ਉਹਦਾ ਪਲੈਨਡ ਹੁੰਦਾ ਆਪਾਂ ਯੈਸਟਰਡੇ ਆਈ ਗੈਸ ਹਾਂ ਕੱਲ੍ਹ ਮੈਨੂੰ ਕਾਲ ਆਈ ਸੀਗੀ ਪ੍ਰਭ ਜੋਤ ਦੀ ਕਿ ਆਪਾਂ ਮੂਵੀ ਦੇਖਣੀ ਹੈ ਨੋਟ ਇਨ ਅ ਥੀਏਟਰ ਟੀਵੀ 'ਚ ਵੇਖਾਂਗੇ ਆਪਾਂ ਦੇਖਾਂਗੇ ਪ੍ਰਭ ਕਹਿ ਰਿਹਾ ਸੀਗਾ ਸੰਨੀ ਦਿਓਲ ਦੀ ਪੁਰਾਣੀ ਮੂਵੀਜ਼ ਦੇਖਣੀ ਹੈ ਵਧੀਆ ਜੇ ਬਟ ਆਪਾਂ ਦੇਖਾਂਗੇ ਅਤੇ ਵਲੌਗ ਦਾ ਆਪਾਂ ਇੱਥੇ ਹੀ ਕਰਦੇ ਹਾਂ ਐਂਡ ਇਸ ਵਲੌਗ ਨੂੰ ਪਿਆਰ ਦੇਣਾ ਸਤਿਕਾਰ ਨਾਲ ਕਿਰਪਾ ਕਰਨੀ ਮਿਹਰ ਕਰਨੀ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ ਵਲੌਗ ਐਜ਼ ਵੈਲ